ਸੰਧੂ ਸਾਹਿਬ, ਤੁਹਾਡੇ ਉੱਪਰ 5-6 ਮਹੀਨੇ ਪਹਿਲਾਂ ਕੁਛ ਐਲੀਗੇਸ਼ਨ ਲੱਗੇ ਸੀਗੇ ਅਤੇ ਹੁਣ ਐਥਿਕਸ ਕਮਿਸ਼ਨਰ ਜਿਹੜਾ ਆ ਉਹਨੇ ਤੁਹਾਨੂੰ ਕਲੀਨ ਚਿੱਟ ਦਿੱਤੀ ਆ, ਤੁਸੀਂ ਆਪਣੇ ਪ੍ਰਭਾਵ, ਆਪਣੀਆਂ ਫੀਲਿੰਗਸ ਦੱਸੋ ਇਹਦੇ ਬਾਰੇ। ਮੈਂ ਸਭ ਤੋਂ ਪਹਿਲਾਂ ਤਾਂ ਵਤਨ ਟੀ ਵੀ ਦਾ ਅਤੇ ਅਸ਼ੋਕ ਜੀ ਦਾ, ਲਾਟ ਜੀ ਦਾ, ਹਰਜੀਤ ਉਹਨਾਂ ਦਾ ਧੰਨਵਾਦ ਕਰਦਾ। ਇਸ ਗਿਵ ਮੀ ਅਪਰਚੁਨਿਟੀ ਟੂ ਸੇਵ ਫਿਊ ਵਰਡਸ ਔਨ ਮਾਈ ਫੀਲਿੰਗਸ। ਲਾਟ ਜੀ ਬੜਾ ਟਫ ਟਾਈਮ ਸੀ ਜਦੋਂ ਤੁਹਾਡੇ ਲਾਸਟ ਮਿੰਟ 'ਤੇ ਤੁਹਾਡੀ ਬੇਟੀ ਦੀ ਸ਼ਾਦੀ ਹੋਵੇ, ਤੁਹਾਡੇ 'ਤੇ ਐਲੀਗੇਸ਼ਨ ਲੱਗ ਜਾਣ, ਇੰਜੋਇੰਗ ਜਿਹੜਾ ਤੁਹਾਡਾ ਮੂਡ ਇੱਕਦਮ ਸਵਿੱਚ ਹੋ ਜਾਂਦਾ। ਐਂਡ ਮੈਂ ਉਸ ਦੇ ਨਾਲ ਸਾਰਿਆਂ ਦਾ, ਸਾਡੀ ਸਾਰੀ ਕੰਸਟੀਚੂਐਂਟ ਦਾ, ਸਾਡੇ ਸਾਰੇ MLAs ਦਾ, ਸਾਡੀ ਪ੍ਰੀਮੀਅਰ ਦਾ, ਜਿਨ੍ਹਾਂ ਨੇ ਮੇਰੇ ਨਾਲ, ਉਹਨਾਂ ਨੂੰ ਮੇਰੇ 'ਤੇ ਫੇਸ ਸੀਗਾ, ਉਹ ਮੇਰੇ ਨਾਲ ਲਾਸਟ 5 ਮੰਥ ਸਟੱਡ ਕੀਤਾ। ਅਤੇ ਜਿਹੜੀ ਐਥਿਕ ਜਿਹੜੀ ਕਮਿਸ਼ਨ ਦੀ ਇਨਵੈਸਟੀਗੇਸ਼ਨ ਆ, ਬੜੀ ਥੋਰਲੀ ਇਨਵੈਸਟੀਗੇਸ਼ਨ ਆ, ਉਹਦੇ 'ਚ ਉਹ ਸਾਰੇ, ਉਹਦੇ 'ਚ ਐਕਸੈਸ ਹਰ ਇੱਕ ਬੰਦੇ ਨੂੰ ਹੈਗਾ। ਅਲਬਰਟਾ ਕਿੱਥੇ ਮਰਜ਼ੀ ਬੈਠ ਕੇ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਚੈੱਕ ਕਰ ਸਕਦੇ ਹਾਂ ਕੀ ਫਾਈਂਡਿੰਗ ਸੀ, ਕਿੱਥੇ ਆ ਇਨਵੈਸਟੀਗੇਸ਼ਨ, ਕਿਵੇਂ ਹੋਈ, ਕਿਵੇਂ ਉਹਨਾਂ ਨੂੰ ਫੀਲ ਹੋਇਆ। ਹਾਂਜੀ ਸੰਧੂ ਸਾਹਿਬ, ਹੁਣ ਜਦੋਂ ਐਥਿਕਸ ਕਮਿਸ਼ਨਰ ਨੇ ਤੁਹਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਆ, ਅਤੇ ਇਹਦੇ ਬਾਰੇ ਤੁਹਾਡੀ ਜਿਹੜੀ ਪਾਰਟੀ ਦੀ ਪ੍ਰੀਮੀਅਰ ਆ ਐਲੀਸਨ ਰੈਡਫੋਰਡ, ਉਹਨਾਂ ਦੇ ਕੀ ਪ੍ਰਭਾਵ ਨੇ? ਓਨਰੇਬਲ ਪ੍ਰੀਮੀਅਰ ਰੈਡਫੋਰਡ ਨੇ ਮੇਨ ਸਟ੍ਰੀਮ ਮੀਡੀਆ ਨਾਲ ਗੱਲ ਕੀਤੀ ਆ, ਅਤੇ ਉਹਨਾਂ ਨੇ ਐਥ ਕਮਿਸ਼ਨ ਦੀ ਜਿਹੜੀ ਇਨਕੁਆਇਰੀ ਆ ਉਹ ਤੋਂ ਸੈਟਿਸਫੈਕਸ਼ਨ ਦੱਸੀ ਆਪਣੀ, ਅਤੇ ਉਸ ਦੇ ਨਾਲ ਉਹਨੇ ਐਵੇਂ ਵੀ ਮਿਸਟਰ ਸੰਧੂ ਜਿਹੜੇ ਆ ਉਹ ਓਨੈਸਟ ਅਤੇ ਇੰਟੈਗਰਿਟੀ ਉਹਨਾਂ 'ਤੇ ਜਿਹੜੀ ਐਥ ਕਮਿਸ਼ਨ ਇਨਕੁਆਇਰੀ 'ਚੋਂ ਉਹ ਪਤਾ ਲੱਗਿਆ, ਅਤੇ ਉਹਨਾਂ ਨੂੰ ਮੇਰੇ 'ਤੇ ਪੂਰਾ ਭਰੋਸਾ, ਅਤੇ ਮੈਨੂੰ ਵੀ ਆਪਣੀ ਪਾਰਟੀ 'ਤੇ ਪੂਰਾ ਭਰੋਸਾ। ਮੈਂ 27 ਸਾਲ ਉਹਨਾਂ ਨਾਲ ਕੰਮ ਕੀਤਾ ਪਾਰਟੀ ਨਾਲ, ਅਤੇ ਅੱਗੇ ਤੋਂ ਵੀ ਆਪਣੀ ਪਾਰਟੀ ਨਾਲ ਪੂਰਾ ਤਨਦੇਹੀ ਨਾਲ ਕੰਮ ਕਰਾਂਗਾ।